ਮੇਰੇ ਮਦਰ ਬਿਮਾਰ ਹੋ ਗਏ ਸੀ ਪਿੱਛੇ 2 ਮਹੀਨੇ ਤੋਂ, ਯੂਟਰਸ ਦੀ ਪ੍ਰੋਬਲਮ ਸੀ। ਅਤੇ ਫਿਰ ਇੱਕ ਦਿਨ ਮੈਂ ਗੂਗਲ ਦੇ ਵਿੱਚ ਸਰਚ ਮਾਰਿਆ ਅਤੇ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜੀ ਦੀ ਬਾਰੇ ਪਤਾ ਲੱਗਿਆ ਅਤੇ ਮੈਂ ਸਟਾਰ ਹੋਸਪਿਟਲ 'ਚ ਆਇਆ। ਦੂਰਬੀਨ ਦੇ ਨਾਲ ਓਪਰੇਸ਼ਨ ਕਰਕੇ ਯੂਟਰਸ ਨੂੰ ਰਿਮੂਵ ਕਰ ਦਿੱਤਾ ਗਿਆ ਔਰ ਟਾਂਕੇ ਵੀ 2 ਥਾਂ 'ਤੇ ਲੱਗੇ, ਜਿਹੜੇ ਕਿ ਸਾਨੂੰ ਇਹ ਦੱਸਿਆ ਗਿਆ ਕਿ ਇਹ ਟਾਂਕੇ ਆਪਣੇ ਆਪ ਡਿਜ਼ੋਲਵ ਹੋ ਜਾਂਦੇ ਹੈ। ਅਤੇ ਹੋਰ ਓਪਰੇਟ ਹੋਣ ਤੋਂ ਬਾਅਦ 2 ਦਿਨ ਬਾਅਦ ਹੀ ਮੇਰੇ ਮਦਰ ਚੱਲਣਾ ਫਿਰਨਾ ਵੀ ਸ਼ੁਰੂ ਹੋ ਗਏ। ਸਰ ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ, ਜਲੰਧਰ ਤੋਂ ਹਾਂ ਜੀ। ਮੇਰੇ ਮਦਰ ਬਿਮਾਰ ਹੋ ਗਏ ਸੀ ਪਿੱਛੇ 2 ਮਹੀਨੇ ਤੋਂ, ਯੂਟਰਸ ਦੀ ਪ੍ਰੋਬਲਮ ਸੀ। ਕਾਫੀ ਹੋਸਪਿਟਲਸ ਦੇ ਵਿੱਚ ਅਸੀਂ ਜਾ ਕੇ ਇਹਨਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਮਤਲਬ ਪਤਾ ਨਹੀਂ ਲੱਗ ਪਾਇਆ ਕਿ ਕੀ ਪ੍ਰੋਬਲਮ ਹੈ। ਅਤੇ ਫਿਰ ਇੱਕ ਦਿਨ ਮੈਂ ਗੂਗਲ ਦੇ ਵਿੱਚ ਸਰਚ ਮਾਰਿਆ ਅਤੇ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜੀ ਦੀ ਬਾਰੇ ਪਤਾ ਲੱਗਿਆ ਅਤੇ ਮੈਂ ਸਟਾਰ ਹੋਸਪਿਟਲ 'ਚ ਆਇਆ ਅਤੇ ਮਦਰ ਨੂੰ ਚੈੱਕ ਕਰਾਇਆ ਜੀ ਅਤੇ ਉਹਨਾਂ ਨੇ ਪ੍ਰੋਪਰ ਸਾਨੂੰ ਦੱਸਿਆ ਵੀ ਇਹ ਯੂਟਰਸ ਦੀ ਪ੍ਰੋਬਲਮ ਹੈ ਅਤੇ ਇਹਨੂੰ ਰਿਮੂਵ ਕਰਨਾ ਪਵੇਗਾ। ਅਤੇ ਅਸੀਂ ਉਹ ਫਿਰ ਮਦਰ ਨੂੰ ਇੱਥੇ ਐਡਮਿਟ ਕਰਾਇਆ ਅਤੇ ਜਿਸ ਤੋਂ ਬਾਅਦ ਸਾਨੂੰ ਇਹ ਪ੍ਰੋਬਲਮ ਬਿਲਕੁਲ ਘਟਦੀ ਹੋਈ ਨਜ਼ਰ ਆ ਰਹੀ ਹੈ, ਬਿਲਕੁਲ ਖਤਮ ਹੋ ਗਈ ਹੈ। ਅਤੇ ਮੈਂ ਸਭ ਨੂੰ ਸੁਝਾਵ ਦੇਣਾ ਚਾਹਾਂਗਾ ਕਿ ਜਿਹਨੂੰ ਵੀ ਇਸ ਚੀਜ਼ ਦੀ ਪ੍ਰੋਬਲਮ ਹੈ ਉਹ ਇੱਥੇ ਆ ਕੇ ਇਲਾਜ ਕਰਾਵੇ। ਜਿਹੜਾ ਕਿ ਅਸੀਂ ਲੈਪਰੋਸਕੋਪਿਕ ਕਰਾਇਆ ਜਿਹਦੇ ਵਿੱਚ ਸਟਿਚਿਸ ਜਿਹੜੇ ਨੇ ਉਹ ਮਤਲਬ ਆਪਣੇ ਆਪ ਹੀ ਘੁੱਲ ਜਾਂਦੇ ਨੇ। ਅਤੇ ਇੱਕ ਓਪਰੇਸ਼ਨ ਉਹ ਵੀ ਨਹੀਂ ਹੈ ਕਿ ਸਜ਼ੇਰੀਅਨ ਨਹੀਂ ਹੈ, ਕੱਟ ਲੱਗ ਕੇ ਇਹਨੂੰ ਕੱਢਣਾ ਉਹ ਵੀ ਨਹੀਂ ਹੈ। ਅਤੇ ਉਹਦੇ ਵਿੱਚ ਸਾਨੂੰ ਮਤਲਬ ਕਿ ਇੰਨਾ ਕੁ ਵਧੀਆ ਓਪਰੇਟ ਹੋਇਆ ਵੀ ਨਾ ਕੋਈ ਸਜ਼ੇਰੀਅਨ ਨਾ ਕੋਈ ਟਾਂਕੇ। ਦੂਰਬੀਨ ਦੇ ਨਾਲ ਓਪਰੇਸ਼ਨ ਕਰਕੇ ਯੂਟਰਸ ਨੂੰ ਰਿਮੂਵ ਕਰ ਦਿੱਤਾ ਗਿਆ ਔਰ ਟਾਂਕੇ ਵੀ 2 ਥਾਂ 'ਤੇ ਲੱਗੇ, ਜਿਹੜੇ ਕਿ ਸਾਨੂੰ ਇਹ ਦੱਸਿਆ ਗਿਆ ਕਿ ਇਹ ਟਾਂਕੇ ਆਪਣੇ ਆਪ ਡਿਜ਼ੋਲਵ ਹੋ ਜਾਂਦੇ ਹੈ। ਅਤੇ ਹੋਰ ਓਪਰੇਟ ਹੋਣ ਤੋਂ ਬਾਅਦ 2 ਦਿਨ ਬਾਅਦ ਹੀ ਮੇਰੇ ਮਦਰ ਚੱਲਣਾ ਫਿਰਨਾ ਵੀ ਸ਼ੁਰੂ ਹੋ ਗਏ। ਸਾਨੂੰ ਕੋਈ ਲੱਗਿਆ ਹੀ ਨਹੀਂ ਕਿ ਅਸੀਂ ਓਪਰੇਟ ਕਰਾ ਕੇ ਆਏ ਹਾਂ। ਅਤੇ ਮੈਂ ਸਾਰਿਆਂ ਨੂੰ ਇਹੀ ਸੁਝਾਵ ਦੇਵਾਂਗਾ ਜਿੰਨੇ ਵੀ ਯੂਟਰਸ ਦਾ ਰਿਮੂਵ ਓਪਰੇਟ ਕਰਾਉਣਾ ਹੈ ਉਹ ਸਟਾਰ ਸੁਪਰ ਸਪੈਸ਼ਲਿਸਟ ਹੋਸਪਿਟਲ ਤੋਂ ਆ ਕੇ ਗੁਰੂ ਨਾਨਕ ਮਿਸ਼ਨ ਹੋਸਪਿਟਲ ਦੇ ਸਾਹਮਣੇ ਬਿਲਕੁਲ ਹੋਸਪਿਟਲ ਉੱਥੋਂ ਕਰਾਇਆ ਜਾਵੇ, ਕਿਸੇ ਨੂੰ ਕੋਈ ਇੱਦਾਂ ਦੀ ਦਿੱਕਤ ਨਹੀਂ ਆਏਗੀ ਇੱਥੋਂ। ਬਾਕੀ ਸਟਾਫ ਬਾਰੇ ਗੱਲ ਕਹਿਣਾ ਚਾਹਾਂਗਾ ਕਿ ਇਹਨਾਂ ਦਾ ਸਟਾਫ ਬਹੁਤ ਵਧੀਆ। ਮੈਂ ਇੱਥੇ ਐਡਮਿਟ ਕਰਾਇਆ ਸੀ ਮਦਰ ਨੂੰ, ਮਤਲਬ ਹਰ ਵੇਲੇ ਉਹਨਾਂ ਨੇ ਸਾਡੀ ਦੇਖਭਾਲ ਕੀਤੀ, ਮਤਲਬ ਹਰ ਮਤਲਬ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਤਾਂ ਆ ਕੇ ਪੁੱਛਦੇ। ਸਫਾਈ ਇੰਨੀ ਹੈ, ਰੂਮਸ ਇੰਨੇ ਵਧੀਆ ਨੇ, ਮਤਲਬ ਮੈਂ ਕਦੀ ਇੱਦਾਂ ਦਾ ਹੋਸਪਿਟਲ ਆਪਣੀ ਲਾਈਫ ਦੇ ਵਿੱਚ ਇੰਨਾ ਸਫਾਈ ਵਾਲਾ ਮੈਂ ਨਹੀਂ ਦੇਖਿਆ। ਮਤਲਬ ਇੱਥੇ ਆ ਕੇ ਮੈਨੂੰ ਹੁਣ ਇੰਨਾ ਕੁ ਮਤਲਬ ਵਧੀਆ ਮਹਿਸੂਸ ਹੋ ਰਿਹਾ ਕਿ ਮੈਂ ਅੱਗੋਂ ਜਿਹੜੀ ਕੋਈ ਪ੍ਰੋਬਲਮ ਸਾਡੀਆਂ ਥੋੜ੍ਹੀ ਬਹੁਤ ਮਾਈਨਰ ਜੀਆਂ ਚੱਲ ਰਹੀਆਂ, ਮੈਂ ਉਹਦੇ ਬਾਰੇ ਵੀ ਡਾਕਟਰ ਸਾਹਿਬ ਨੂੰ ਸਲਾਹ ਲਈਏ ਤਾਂ ਕਿ ਅਸੀਂ ਉਹ ਇੱਥੋਂ ਹੀ ਕਰਾਈਏ।